ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਸਿਰਲੇਖ ਹੈ ਲੇਖ ਹੈ ਇੱਕ ਗੱਲ ਉਸ ਵਿੱਚੋਂ ਆਪ ਜੀ ਨੂੰ ਕੁਝ ਅੰਸ਼ ਪੜ੍ਹ ਕੇ ਸੁਣਾ ਰਹੇ ਹਾਂ ਜੀ ਜੋ ਆਪਣੀ ਜੀਬ ਮਾ ਨਾਲ ਉਸ ਦਾ ਨਾਮ ਨਹੀਂ ਜਪਦੇ ਉਹ ਫੁਰਨੀਆਂ ਵਿੱਚ ਗਵਾਚੇ ਰਹਿੰਦੇ ਆ ਅਤੇ ਚੋਣ ਇਹਨਾਂ ਵਿੱਚੋਂ ਹੀ ਹੁੰਦੀ ਹੈ ਕਿ ਸੋਚਿਆ ਨਾ ਜਾਵੇ ਜਾਂ ਕਈ ਗੱਲਾਂ ਬਾਰੇ ਸੋਚਿਆ ਹੀ ਸੋਚਦਿਆਂ ਹੀ ਕਿਹਾ ਜਾਵੇ ਗੁਰੂ ਪਾਸ ਮਨ ਦਾ ਪ੍ਰਤੀਕ ਹੈ ਸਫੇਦ ਬਾਜ਼ ਸਫੇਦ ਬਾਜ਼ ਨੂੰ ਖੁੱਲਿਆਂ ਛੱਡ ਦਿੱਤਾ ਜਾਂਦਾ ਹੈ ਜਦੋਂ ਉਸਨੇ ਸ਼ਿਕਾਰ ਦੇ ਪਿੱਛੇ ਜਾਣਾ ਹੁੰਦਾ ਹੈ ਪਰ ਜਦੋਂ ਉਸ ਸ਼ਿਕਾਰ ਦੇ ਪਿੱਛੇ ਨਹੀਂ ਜਾਣਾ ਹੁੰਦਾ ਉਹ ਉਸਦੇ ਅੰਗੂਠੇ ਤੇ ਆ ਟਿਕਦਾ ਹੈ ਇਸ ਤਰ੍ਹਾਂ ਮਨ ਨੂੰ ਕਾਰ ਦੇ ਇੰਜਣ ਵਾਂਗ ਪੂਰੇ ਜ਼ੋਰ ਨਾਲ ਅਗਾਹ ਚੱਲਣਾ ਚਾਹੀਦਾ ਹੈ ਬਹੁਤ ਸਾਰੇ ਵਿਚਾਰਾਂ ਦੇ ਕਪੜੇ ਲਾ ਦੇਣੇ ਚਾਹੀਦੇ ਹਨ ਅਤੇ ਅਣਕੱਜੀ ਰੂਹ ਨੂੰ ਅਸੀਮ ਦੀ ਧੁੱਪ ਚਾਨਣੀ ਅਤੇ ਨੀਲਤਣ ਵਿੱਚ ਡੁਬੋ ਦੇਣਾ ਚਾਹੀਦਾ ਹੈ ਬੇਲੋੜੀ ਅਤੇ ਅਣ ਉਪਜਾਉ ਚਿੰਤਾ ਦੀ ਰੇਤ ਦੇ ਕੂੜੇ ਕਰਕਟ ਨੂੰ ਮਨ ਦੇ ਪਹੀਏ ਦੇ ਦੰਦਿਆਂ ਵਿੱਚ ਪਾਉਣ ਦੀ ਅਤੇ ਜੀਵਨ ਸੰਬੰਧੀ ਦੁਖੀ ਹੋਣ ਦੀ ਕੀ ਲੋੜ ਹੈ ਚੁੱਕੇ ਜਾਣ ਵਾਲੇ ਬੋਝ ਤੋਂ ਮਨ ਅਤੇ ਰੂਹ ਨੂੰ ਮੁਕਤ ਕਰ ਲੈਣਾ ਚਾਹੀਦਾ ਹੈ ਅਤੇ ਉਹ ਹੀ ਸਿਮਰਨ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ